ਜਾਦੂਈ ਅੰਬ। ਇੱਕ ਪਿੰਡ ਵਿੱਚ ਇੱਕ ਅੰਬ ਦਾ ਦਰਖਤ ਸੀ। ਇਸ ਦਰਖਤ ਦੇ ਉੱਪਰ ਇੱਕ ਚਿੜੀ ਰਹਿੰਦੀ ਸੀ ਅਤੇ ਇਸ ਦੇ ਉੱਪਰ ਦੋ ਜਾਦੂਈ ਅੰਬ ਲੱਗੇ ਹੋਏ ਸਨ। ਇੱਕ ਅੰਬ ਦੇ ਰਸ ਨਾਲ ਕੋਈ ਵੀ ਬਿਮਾਰੀ ਠੀਕ ਕੀਤੀ ਜਾ ਸਕਦੀ ਸੀ। ਦੂਜੇ ਅੰਬ ਦੇ ਰਸ ਵਿੱਚ ਜ਼ਹਿਰ ਸੀ ਜਿਸ ਨੂੰ ਪੀ ਕੇ ਕੋਈ ਵੀ ਮਰ ਸਕਦਾ ਸੀ। ਇਸ ਦੇ ਬਾਰੇ ਇਸ ਦਰਖਤ ਉੱਪਰ ਰਹਿਣ ਵਾਲੀ ਚਿੜੀ ਨੂੰ ਪਤਾ ਸੀ, ਹੋਰ ਕਿਸੇ ਨੂੰ ਵੀ ਇਸ ਗੱਲ ਬਾਰੇ ਨਹੀਂ ਪਤਾ ਸੀ। ਇੱਕ ਨਿੱਕੀ ਬੱਚੀ ਮਨਪ੍ਰੀਤ ਉੱਥੇ ਹਰ ਰੋਜ਼ ਆਪਣੀ ਸਹੇਲੀ ਨਾਲ ਖੇਡਣ ਆਉਂਦੀ ਸੀ। ਉਸਨੂੰ ਇਹ ਦਰਖਤ ਬਹੁਤ ਪਸੰਦ ਸੀ। ਉਹ ਇਸ ਦਰਖਤ ਨਾਲ ਗੱਲਾਂ ਕਰਦੀ ਹੁੰਦੀ ਸੀ, ਇਸ ਦਰਖਤ ਨੂੰ ਪਾਣੀ ਪਾਉਂਦੀ ਹੁੰਦੀ ਸੀ। ਉਹ ਹਰ ਰੋਜ਼ ਚਿੜੀਆਂ ਨੂੰ ਚੋਗਾ ਵੀ ਪਾਉਂਦੀ ਸੀ। ਮਨਪ੍ਰੀਤ ਅਤੇ ਚਿੜੀ ਦੀ ਦੋਸਤੀ ਹੋ ਗਈ। ਉਹ ਆਪਸ ਵਿੱਚ ਬਹੁਤ ਗੱਲਾਂ ਕਰਦੀਆਂ ਸਨ। ਇੱਕ ਦਿਨ ਮਨਪ੍ਰੀਤ ਬਹੁਤ ਉਦਾਸ ਸੀ। ਚਿੜੀ ਨੇ ਪੁੱਛਿਆ, ਕੀ ਹੋਇਆ, ਸਭ ਠੀਕ ਤਾਂ ਹੈ? ਮਨਪ੍ਰੀਤ ਨੇ ਕਿਹਾ, ਮੇਰੀ ਮਾਂ ਬਹੁਤ ਬਿਮਾਰ ਹੈ, ਉਸਨੂੰ ਬਹੁਤ ਕੰਮ ਕਰਨਾ ਪੈਂਦਾ ਹੈ, ਉਹ ਬਹੁਤ ਦੂਰ ਤੋਂ ਪਾਣੀ ਲੈ ਕੇ ਆਉਂਦੀ ਹੈ, ਰੋਟੀ ਬਣਾਉਣ ਲਈ ਬਾਲਣ ਲੈ ਕੇ ਆਉਂਦੀ ਹੈ। ਮੈਂ ਬਹੁਤ ਛੋਟੀ ਹਾਂ, ਮੈਂ ਉਹਨਾਂ ਦੀ ਕੋਈ ਮਦਦ ਨਹੀਂ ਕਰ ਪਾਉਂਦੀ। ਚਿੜੀ ਨੇ ਕਿਹਾ, ਦੁਖੀ ਨਾ ਹੋ ਦੋਸਤ, ਮੈਂ ਤੈਨੂੰ ਇੱਕ ਰਾਜ ਦੀ ਗੱਲ ਦੱਸਦੀ ਹਾਂ, ਪਰ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ। ਇਸ ਦਰਖਤ ਦੇ ਉੱਪਰ ਇੱਕ ਜਾਦੂਈ ਅੰਬ ਹੈ ਜਿਸ ਦਾ ਰਸ ਪੀ ਕੇ ਤੁਹਾਡੀ ਮਾਂ ਠੀਕ ਹੋ ਜਾਵੇਗੀ। ਚਿੜੀ ਨੇ ਉਸਨੂੰ ਅੰਬ ਦਾ ਰਸ ਪੀਣ ਦਾ ਤਰੀਕਾ ਦੱਸਿਆ। ਮਨਪ੍ਰੀਤ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਚਿੜੀ ਨੇ ਦੱਸਿਆ ਸੀ। ਉਸਨੇ ਮੰਤਰ ਪੜ੍ਹਿਆ, ਅੰਬ ਦੇ ਦਰਖਤ ਤੋਂ ਇੱਕ ਅੰਬ ਟੁੱਟ ਕੇ ਥੱਲੇ ਡਿੱਗ ਗਿਆ। ਮਨਪ੍ਰੀਤ ਉਸ ਅੰਬ ਨੂੰ ਲੈ ਕੇ ਘਰ ਗਈ ਅਤੇ ਜਿਵੇਂ ਹੀ ਉਸਨੇ ਆਪਣੀ ਮਾਂ ਨੂੰ ਅੰਬ ਦਾ ਰਸ ਪਿਲਾਇਆ, ਉਹ ਬਿਲਕੁਲ ਠੀਕ ਹੋ ਗਈ। ਫਿਰ ਉਸਨੇ ਗਰੀਬਾਂ ਦੀ ਮਦਦ ਕੀਤੀ, ਬਹੁਤ ਸਾਰੇ ਲੋਕਾਂ ਨੂੰ ਅੰਬ ਦਾ ਰਸ ਪਿਲਾ ਕੇ ਠੀਕ ਕਰਿਆ ਅਤੇ ਕਿਸੇ ਤੋਂ ਕੋਈ ਵੀ ਪੈਸਾ ਨਹੀਂ ਲਿਆ। ਇੱਕ ਦਿਨ ਇੱਕ ਵੈਦ ਨੇ ਇਹ ਗੱਲ ਸੁਣੀ। ਉਹ ਇਸ ਗੱਲ ਦਾ ਪਤਾ ਲਗਾਉਣ ਲਈ ਉਸ ਬੱਚੀ ਕੋਲ ਬਿਮਾਰ ਬਣ ਕੇ ਗਿਆ। ਮਨਪ੍ਰੀਤ ਨੇ ਉਸਨੂੰ ਅੰਬ ਦਾ ਰਸ ਪਿਲਾਇਆ, ਉਸ ਵਿੱਚ ਬਹੁਤ ਤਾਕਤ ਆ ਗਈ। ਇਸ ਰਸ ਵਿੱਚ ਜ਼ਰੂਰ ਕੋਈ ਜਾਦੂ ਹੈ। ਉਸਨੇ ਇਸ ਗੱਲ ਦਾ ਪਤਾ ਲਾਉਣ ਲਈ ਇੱਕ ਦਿਨ ਮਨਪ੍ਰੀਤ ਦਾ ਪਿੱਛਾ ਕੀਤਾ ਅਤੇ ਦਰਖਤ ਕੋਲ ਪਹੁੰਚ ਗਿਆ ਅਤੇ ਸਭ ਕੁਝ ਦੇਖ ਲਿਆ। ਹੁਣ ਤਾਂ ਮੈਂ ਸਾਰੇ ਅੰਬ ਤੋੜ ਲਵਾਂਗਾ ਅਤੇ ਇਸ ਦਾ ਰਸ ਵੇਚ ਕੇ ਬਹੁਤ ਅਮੀਰ ਬਣ ਜਾਵਾਂਗਾ। ਉਸਨੇ ਦਰਖਤ ਨੂੰ ਕਿਹਾ, ਅੰਬ ਦੇ ਦਰਖਤ, ਮੈਨੂੰ ਅੰਬ ਦੇ ਦਿਓ, ਮੈਂ ਗਰੀਬਾਂ ਦੀ ਮਦਦ ਕਰਾਂਗਾ। ਪਰ ਅੰਬ ਦਾ ਦਰਖਤ ਉਸਦੇ ਮਨ ਦੇ ਲਾਲਚ ਨੂੰ ਸਮਝ ਗਿਆ ਸੀ। ਉਸ ਦੀ ਸੱਚਾਈ ਸਭ ਦੇ ਸਾਹਮਣੇ ਲੈ ਕੇ ਆਉਣ ਲਈ
ਦਰਖਤ ਨੇ ਦੋ ਅੰਬ ਵੈਦ ਨੂੰ ਦੇ ਦਿੱਤੇ, ਇੱਕ ਵਧੀਆ ਵਾਲਾ ਅੰਬ ਅਤੇ ਦੂਜਾ ਜ਼ਹਿਰ ਵਾਲਾ ਅੰਬ। ਵੈਦ ਬਹੁਤ ਖੁਸ਼ ਹੋ ਗਿਆ ਅਤੇ ਅੰਬ ਲੈ ਕੇ ਘਰ ਨੂੰ ਆ ਗਿਆ। ਉਸਨੇ ਖਬਰ ਫੈਲਾ ਦਿੱਤੀ ਕਿ ਉਹ ਕਿਸੇ ਵੀ ਬਿਮਾਰੀ ਨੂੰ ਠੀਕ ਕਰ ਸਕਦਾ ਹੈ, ਪਰ ਉਹ ਕੇਵਲ ਅਮੀਰ ਲੋਕਾਂ ਨੂੰ ਹੀ ਅੰਬ ਦਾ ਰਸ ਵੇਚਦਾ। ਗਰੀਬ ਲੋਕ ਬਹੁਤ ਪਰੇਸ਼ਾਨ ਸਨ। ਇੱਕ ਦਿਨ ਅੰਬ ਦਾ ਰਸ ਖਤਮ ਹੋ ਗਿਆ। ਉਸਨੇ ਦੂਜੇ ਅੰਬ ਦਾ ਰਸ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ। ਜੋ ਵੀ ਉਸ ਰਸ ਨੂੰ ਪੀਂਦਾ ਉਹ ਮਰ ਜਾਂਦਾ। ਲੋਕਾਂ ਨੂੰ ਬਹੁਤ ਗੁੱਸਾ ਆਇਆ। ਸਭ ਨੇ ਮਿਲ ਕੇ ਵੈਦ ਨੂੰ ਬਹੁਤ ਕੁੱਟਿਆ। ਉਹ ਭੱਜ ਕੇ ਬੱਚੀ ਮਨਪ੍ਰੀਤ ਕੋਲ ਗਏ। ਮਨਪ੍ਰੀਤ ਨੇ ਅੰਬ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਭ ਮਰੇ ਹੋਏ ਲੋਕਾਂ ਨੂੰ ਜਿਉਂਦੇ ਕਰ ਦੇਵੇ। ਸਾਰੇ ਲੋਕ ਜਿਉਂਦੇ ਹੋ ਗਏ ਅਤੇ ਮਨਪ੍ਰੀਤ ਦਾ ਧੰਨਵਾਦ ਕੀਤਾ। ਜਾਦੂਈ ਅੰਬ ਕੇਵਲ ਸੱਚੇ ਮਨ ਵਾਲੇ ਲੋਕਾਂ ਦੀ ਹੀ ਮਦਦ ਕਰਦਾ ਸੀ, ਜੋ ਕਿ ਮਨਪ੍ਰੀਤ ਕੋਲ ਸੀ। ਮਨਪ੍ਰੀਤ ਨੇ ਸਾਰੇ ਅੰਬ ਦਰਖਤ ਨੂੰ ਵਾਪਸ ਕਰ ਦਿੱਤੇ ਅਤੇ ਖੁਸ਼ੀ ਖੁਸ਼ੀ ਆਪਣੀ ਪੜ੍ਹਾਈ ਕਰਨ ਲੱਗੀ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣਾ ਮਨ ਸੱਚਾ ਰੱਖਣਾ ਚਾਹੀਦਾ ਹੈ, ਕਿਉਂਕਿ ਸੱਚੀ ਸੇਵਾ ਹੀ ਇਨਸਾਨ ਨੂੰ ਮਹਾਨ ਬਣਾਉਂਦੀ ਹੈ।